ਅੱਜ 5:30 ਵਜੇ ਸਾਨੂੰ ਖਬਰ ਮਿਲੀ ਕਿ ਜਿਹੜੀ ਦਬੁਰਜੀ ਦੇ ਨੇੜੇ ਵਿਲੇਜ ਰਾਮਪੁਰਾ ਦੇ ਵਿੱਚ ਕੋਲਡ ਸਟੋਰੇਜ ਆ ਜਿਹਦੇ ਵਿੱਚ ਮਿਰਚਾਂ ਦਾ ਗੋਦਾਮ ਹੈਗਾ ਉਹਦੇ ਵਿੱਚ ਅੱਗ ਲੱਗ ਗਈ ਹੈ। ਇਮੀਡੀਏਟਲੀ ਸਾਡੇ ਕਮਿਸ਼ਨਰ ਸਾਹਿਬ ਉੱਥੇ ਪਹੁੰਚ ਗਏ, ਨਾਲ ਸਾਡੇ ਫਾਇਰ ਟੀਮਸ ਜਿੰਨੀਆਂ ਸੀਗੀਆਂ ਨੇੜੇ ਫਾਇਰ ਸਟੇਸ਼ਨ ਤੋਂ ਅਸੀਂ ਫਾਇਰ ਬ੍ਰਿਗੇਡਸ ਮੰਗਾਈਆਂ ਐਂਡ ਅਸੀਂ ਅੱਗ 'ਤੇ ਕੰਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਕ੍ਰਿਟੀਕਲ ਫਾਇਰ ਸੀਗੀ। ਮਿਰਚਾਂ ਦੇ ਗੋਦਾਮ ਨੂੰ ਅੱਗ ਲੱਗੀ ਸੀ, ਪਾਣੀ ਦਾ ਯੂਜ਼ ਕਰਨਾ ਇਹਦੇ ਵਿੱਚ ਇੰਨਾ ਬੈਨੀਫਿਟ ਨਹੀਂ ਸੀਗਾ, ਅਸੀਂ ਫੋਮ ਯੂਜ਼ ਕੀਤੀ ਐਂਡ ਪਲੱਸ ਸਾਡੇ ਕੋਲ ਜਿਹੜੇ ਲੇਟੈਸਟ ਇਕਵਿਪਮੈਂਟ ਸੀਗੇ ਉਹ ਸੀਗੇ ਜਿਹੜੇ ਗੈਸ ਕਿੱਟ ਸੀਗੀਆਂ ਉਹਦੇ ਪਾ ਕੇ ਸਾਡੇ ਫਾਇਰ ਬ੍ਰਿਗੇਡ ਜਿਹੜੇ ਫਾਇਰ ਅਫਸਰ ਉਹ ਵੀ ਲੱਗੇ ਹੋਏ ਆ, ਪਲੱਸ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪੂਰੀ ਸਪੋਰਟ ਮਿਲ ਰਹੀ ਹੈ। ਅਸੀਂ ਇਨ ਟੱਚ ਹੈਗੇ ਹਾਂ ਵੇਰੀਅਸ ਐਕਸਪਰਟਸ ਦੇ ਕਿ ਇਹਨੂੰ ਫਾਇਰ ਨੂੰ ਜਲਦ ਤੋਂ ਜਲਦ ਕਿੱਦਾਂ ਕੰਟਰੋਲ ਕੀਤਾ ਜਾਵੇ। ਘੰਟੇ ਦੇ ਵਿੱਚ ਤਾਂ ਅਸੀਂ ਫਾਇਰ 'ਤੇ ਕਾਬੂ ਪਾ ਲਾਂਗੇ, ਪਰ ਜੇ ਅਸੀਂ ਕੰਪਲੀਟ ਕਹੀਏ ਤਾਂ ਸਮਾਨ ਕੱਢ ਕੇ ਇਹਨੂੰ ਕੱਲ੍ਹ ਸਾਰੀ ਰਾਤ ਲੱਗ ਜਾਂਦੀ ਇਹਨੂੰ ਕੰਟਰੋਲ ਕਰਨ ਦੇ ਵਿੱਚ। ਪਤਾ ਲੱਗਿਆ ਕਿੰਨਾ ਕੁ ਨੁਕਸਾਨ ਹੋ ਸਕਿਆ ਅੱਗ ਲੱਗਣ ਦਾ ਕਾਰਨ? ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਾਨੂੰ ਨਹੀਂ ਪਤਾ ਲੱਗਾ, ਪਰ ਫਿਲਹਾਲ ਸਾਡਾ ਕੋਸ਼ਿਸ਼ ਇਹੀ ਹੈ ਕਿ ਅਸੀਂ ਅੱਗ ਦੇ ਉੱਤੇ ਕੰਟਰੋਲ ਪਾ ਰਹੇ ਫਿਰ ਅਸੀਂ ਇਨਕੁਆਇਰ ਕਰਾਂਗੇ। ਸਰ ਉਹਨਾਂ ਤੋਂ ਪਤਾ ਲੱਗਾ ਤਾਂ ਕਿੰਨਾ ਕੁ ਨੁਕਸਾਨ ਹੋਇਆ ਕੁਛ ਇਹਦੇ ਬਾਰੇ ਪਤਾ ਲੱਗਾ? ਨਹੀਂ, ਇਸ ਬਾਰੇ ਹਾਲੇ ਤੱਕ ਅਸੀਂ ਨਹੀਂ ਜੱਜ ਕਰ ਪਾਏ ਕਿੰਨਾ ਕੁ ਨੁਕਸਾਨ ਹੋਇਆ, ਐਂਡ ਪਲੱਸ ਅਸੀਂ ਇਹ ਕਰ ਰਹੇ ਹਾਂ ਕਿ ਥੋੜ੍ਹਾ ਜਲਦੀ ਪ੍ਰੋਸੈਸ ਨੂੰ ਤੇਜ਼ ਕਰਨ ਲਈ ਜਿਹੜੀ ਕੰਧ ਆ ਫੈਕਟਰੀ ਦੀ ਅਸੀਂ ਵਿੱਚ ਨਾਲ ਤੋੜ ਦਿੱਤੀ ਹੈ ਕਿ ਤਾਂ ਸਾਡੇ ਜਿਹੜੇ ਫਾਇਰ ਆਫਿਸਰ ਦਾ ਜਲਦੀ ਪਹੁੰਚ ਕੇ ਟੀਮ ਪਹੁੰਚ ਕੇ ਜਲਦੀ ਤੋਂ ਜਲਦੀ ਕੰਟਰੋਲ ਕਰੀਏ ਐਂਡ ਹੋਰ ਨੁਕਸਾਨ ਐਂਡ ਮੇਜਰ ਟ੍ਰੈਜਡੀ ਨੂੰ ਅਵੋਇਡ ਕਰ ਸਕੀਏ। ਸਰ ਦੈਟ ਟਾਈਮ ਅੰਡਰ ਕੰਟਰੋਲ ਹੈ ਸਿਚੁਏਸ਼ਨ? ਜਿਹੜੀ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਐਂਡ 1 ਘੰਟੇ ਤੱਕ ਅਸੀਂ ਪੂਰਾ ਕੰਪਲੀਟਲੀ ਇੱਥੇ ਕੰਟਰੋਲ ਪਾ ਲਿਆ ਜੀ। ਇੱਥੇ ਰਾਮਪੁਰਾ ਵਿਲੇਜ ਦੇ ਵਿੱਚ ਇੱਕ ਕੋਲਡ ਸਟੋਰੇਜ ਹੈਗਾ ਨਿਊ ਨੈਸ਼ਨਲ ਕਰਕੇ, ਉੱਥੇ ਸ਼ਾਮ ਨੂੰ ਅੱਗ ਲੱਗੀ ਹੈ। ਕਾਰਨ ਤਾਂ ਇਹਦਾ ਬਾਅਦ 'ਚ ਦੱਸਾਂਗੇ, ਫਿਲਹਾਲ ਜਿਹੜੀ ਸਿਚੁਏਸ਼ਨ ਹੈ ਉਹ ਅੰਡਰ ਕੰਟਰੋਲ ਹੈ। ਸਾਡੀ ਫਾਇਰ ਬ੍ਰਿਗੇਡਸ ਅਤੇ ਫਾਇਰ ਸਟਾਫ ਲੱਗਿਆ ਉਹਨੂੰ ਕੰਟਰੋਲ 'ਚ ਕਰਨ ਦੇ। ਮਿਰਚ ਦੀ ਫੈਕਟਰੀ ਹੋਣ ਕਰਕੇ ਥੋੜ੍ਹੀ ਜਿਹੀ ਉਹਨਾਂ ਨੂੰ ਵੀ ਮੁਸ਼ਕਿਲ ਆ ਰਹੀ ਹੈ ਕਿ ਅੱਗ ਲੱਗਣ ਕਾਰਨ ਉਹ ਜਿਹੜੀ ਭਾਫਾਂ ਨਿਕਲ ਰਹੀਆਂ ਨੇ ਉਹ ਮਿਰਚ ਨਾਲ ਹੋਣ ਕਰਕੇ ਸਟਾਫ ਦੀ ਥੋੜ੍ਹੀ ਡਿਫਿਕਲਟੀ ਹੈ। ਇਹ ਤਾਂ ਜੀ ਜਦੋਂ ਇੱਕ ਵਾਰ ਪੂਰੀ ਕੰਟਰੋਲ ਦੇ ਵਿੱਚ ਅੱਗ ਆ ਗਈ ਉਸ ਤੋਂ ਬਾਅਦ ਹੀ ਵੀਲ ਬੀ ਏਬਲ ਟੂ ਫਾਇੰਡ ਆਊਟ ਕਿ ਕਿੰਨਾ ਨੁਕਸਾਨ ਹੋਇਆ, ਬਟ ਫਿਲਹਾਲ ਕੋਈ ਜਾਨ ਦਾ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੋ ਸਭ ਤੋਂ ਜ਼ਰੂਰੀ ਹੈ। ਸਰ 4 ਘੰਟੇ ਦੈਟ ਟਾਈਮ ਸਿਚੁਏਸ਼ਨ ਅੰਡਰ ਕੰਟਰੋਲ? ਸਿਚੁਏਸ਼ਨ ਇਜ਼ ਅੰਡਰ ਕੰਟਰੋਲ।